आई थिंक रमन जी लाइक परफेक्ट टाइम हैगा आ भी अपने जिहड़े प्रोसैस अपने प्रोसीजर आ भाई टू द पॉइंट टू द डॉट जिहनूं कहिंदे आ भी उह कर दो। हुण ब्रोकर नूं वी तुहानूं जरूरत आ, तुहानूं वी ब्रोकर दी जरूरत आ, तुसीं आपो अपने कॉन्ट्रैक्ट ना पक्के चज दे नाल कर लो। भी बाद दे विच इदां दीआं चीज़ां आपां घूमण घेरियां दे विच फसे रहिणा, कोई इधर जांदा कोई उधर जांदा कोई उह करदा आ, सो एटलीस्ट ये चीज़ दे विच तां तुसीं कर लो। भी पे नूं लै के वो आपां कर नहीं सकते, कैपिटलिस्ट आ, हर एक दी आपो अपनी मर्जी है किन्ने किन्नू किन्नी पे देनी है, वो जिन्नू जिन्ना वारा खांदा आ वो करदा आ। रेट तुसीं पक्के बन नहीं सकते, पर एक प्रोसैस तुसीं पक्का बन सकते आ भी हाँ जिन्हें रेट लैणा आ जां जिन्ने भी करना है कॉन्ट्रैक्ट आपस जिहड़े करने आ भी मैं आह चीज़ां दे लई जिम्मेवार आ, तूं आह चीज़ां दे लई जिम्मेवार आ, जे तू मेरा भाई मैं तेरा भाई, ओहदे विच फिर ना तू ना ओहदा भाई ते ना ओह एक दूजे दा कोई भी नहीं भाई बनदा, फिर ओह एक दूजे दे वैली बिल्कुल बन जांदे आ, हैना। सो आई थिंक ओह प्रोसेस नूं सारे जणिआं नूं फॉलो करन दी जरूरत आ, एक गुड बिजनेस प्रैक्टिस आ, तुहाडे लई भी ओह चीज़ चंगी आ ते उहनां लई भी चंगी आ, अगले नूं भी होऊगा भी भाई जिहड़ा इह भी जिम्मेवारी नाल काम करदा भी मैं भी इदां रगड़ा नहीं ला सकदा, ते जे इदां करी जाऊंगे फिर उत्थे रगड़ जिहड़ा ओह कम्म हो जांदा आ। सो तुसीं अपनी चीज़ दे उत्ते लाइक स्ट्रोंग स्टैंड करो, लाइक डबल डाउन करो उस चीज़ दे उत्ते भाई, नहीं तां ना सही तुसीं किसे होर नूं फिर लभ ला, जे सारे ही इदां करदे होणगे इवेंचुअली उस बंदे नूं ओह चीज़ नूं फॉलो करना ही पऊगा। सो ये चीज़ दी एक पक्की जिहड़ी चीज़ आ सारिआं नूं पूरी इंडस्ट्री दे विच एक प्रैक्टिस जिहड़ी ओह बना लेनी चाहीदी आ। ਨਾਲ ਬਾਕੀ ਜਿਹੜੀ ਡਿਫਰੈਂਟ ਸਟੋਰੀ ਹੈਗੀ ਨਾ ਜੀ, ਜਿਹੜੀ ਜਿਹੜੀ ਆਪਣੀ ਟਰੱਕਰ ਹੈਗਾ ਆ, ਉਹ ਪ੍ਰੋਬਲਮ ਇਹੋ ਹੀ ਆ ਰਹੀ ਆ ਕਿ ਜਿੱਦਾਂ ਹੁਣ ਤੁਸੀਂ ਕਿਹਾ ਕਿ ਜਿਹੜਾ ਆਪਣੇ ਗੁਰਦੀਪ ਮਾਂਗਟ ਹੋਣੀ ਵੀ ਕਹਿ ਰਹੇ ਆ ਫੇਸਬੁੱਕ ਤੇ ਵੀ ਡਿਟੈਂਸ਼ਨ ਪਾਲਿਸੀ ਦਾ ਪਹਿਲਾਂ ਗੱਲ ਕਰਨੀ ਚਾਹੀਦੀ ਆ, ਇਹ ਚੀਜ਼ਾਂ ਜਿਹੜੇ ਹੰਡੇ ਹੋਏ ਜਿਹੜੇ ਟਰੱਕਰ ਹੈਗੇ ਆ ਉਹ ਕਰਦੇ ਆ, ਉਹਨਾਂ ਨੂੰ ਪਤਾ ਹੈ। ਤੇ ਫਿਰ ਥੋੜਾ ਜਿਹਾ ਇਹ ਕੰਮ ਹੁੰਦਾ, ਇੱਕ ਹੋਰ ਐਡਵਾਈਸ ਹੈਗੀ ਆ ਕਿ ਜੇ ਤੁਸੀਂ ਕਿਸੇ ਇੱਕ ਬ੍ਰੋਕਰ ਨਾਲ ਕੰਮ ਕਰ ਰਹੇ ਹੈਗੇ, ਤੁਹਾਨੂੰ ਕੋਈ ਚੰਗਾ ਬ੍ਰੋਕਰ ਲੱਭ ਗਿਆ, ਠੀਕ ਹੈ ਨਾ, ਤੇ ਚੰਗੇ ਬ੍ਰੋਕਰ ਦੇ ਨਾਲ ਕੰਮ ਲੱਗ ਕੇ ਕਰੋ, ਭੱਜੋ ਨਾ ਇੱਕਦਮ ਇੱਧਰ $150 ਵੱਧ ਮਿਲ ਗਿਆ ਇੱਧਰ ਮਿਲ ਗਿਆ ਮਿੰਟ ਦੇ ਵਿੱਚ ਇਹਦਾ ਲੋਡ। ਇਹ ਆਪਣੇ ਬ੍ਰੋਕਰਾਂ ਦਾ ਐਡੀ ਵੱਡੀ ਇਹ ਵੀ ਇੱਕ ਕੰਪਲੇਂਟ ਹੈਗੀ ਆ ਕਿ ਬ੍ਰੋਕਰ ਵੀ ਕਰਦੇ ਆ, ਇਹ ਨਹੀਂ ਮੈਂ ਕਹਿੰਦਾ ਬ੍ਰੋਕਰ ਵੀ ਤਾਂ ਕਰਦੇ ਆ ਕਿਉਂਕਿ ਸਾਡਾ ਹੀ ਕੋਈ ਭਰਾ ਭਾਈ ਜਿਹੜਾ ਆ ਉਹ ਘੱਟ ਚ ਲੋਡ ਚੁੱਕ ਲੈਂਦਾ, ਫਿਰ ਜਿਹਨੇ ਵੱਧ ਚ ਚੁੱਕਿਆ ਹੁੰਦਾ ਉਹਦਾ ਕੈਂਸਲ ਹੋ ਜਾਂਦਾ। ਇੱਦਾਂ ਹੀ ਸਾਡੇ ਬੰਦੇ ਵੀ ਕਰਦੇ ਆ, ਉਹ ਕਿਤੇ ਉਹ ਵੱਧ ਚ ਲੋਡ ਮਿਲ ਜਾਂਦਾ ਬ੍ਰੋਕਰ ਦਾ ਲੋਡ ਉਸੇ ਵੇਲੇ ਕੈਂਸਲ ਕਰ ਦਿੰਦੇ ਆ, ਬਈ ਭਾਈ ਮੇਰੇ ਤੋਂ ਮਤਲਬ ਕਿ ਮੇਰਾ ਟਰੱਕ ਖਰਾਬ ਹੋ ਗਿਆ, ਫਲਾਨਾ ਹੋ ਗਿਆ, ਢਿਮਕਾਣਾ ਹੋ ਗਿਆ, ਸੋ ਇਹ ਦੋਨੋਂ ਪਾਸੇ ਕੰਮ, ਠੀਕ ਹੈ ਨਾ। ਸੋ ਜੇ ਤੁਸੀਂ ਤੁਹਾਨੂੰ ਕੋਈ ਚੰਗਾ ਬ੍ਰੋਕਰ ਮਿਲ ਗਿਆ ਆ, ਚੰਗਾ ਕੋਈ ਤੁਹਾਡੇ ਨਾਲ ਬਿਹੇਵ ਕਰ ਰਿਹਾ, ਤੁਹਾਨੂੰ ਚੰਗੀ ਤਰ੍ਹਾਂ ਟ੍ਰੀਟ ਕਰ ਰਿਹਾ, ਉਹਦੇ ਨਾਲ ਸਟਿਕ ਰਹੋ, ਉਹਦੇ ਨਾਲ ਚੱਲੋ, ਉਹਨੂੰ ਹੈਲਪ ਕਰੋ ਮੌਕੇ ਬੇਮੌਕੇ। ਜੇ ਤੁਹਾਨੂੰ ਬਾਹਰ 200-400 ਵੱਧ ਵੀ ਮਿਲਦਾ ਨਾ, ਤਾਂ ਵੀ ਉਹਨੂੰ ਦੱਸ ਦਿਓ ਕਿ ਬ੍ਰੋ ਮੈਨੂੰ ਵਧੀਆ ਰੇਟ ਮਿਲ ਰਿਹਾ, ਪਰ ਆਈ ਵਾਂਟ ਟੂ ਸਟਿਕ ਵਿਦ ਯੂ ਬਿਕੋਜ਼ ਯੂ ਹੈਲਪ ਮੀ ਇਨ ਦ ਯੂ ਨੋ ਮਾੜੇ ਸਮੇਂ ਤੋਂ ਮੇਰੀ ਹੈਲਪ ਕਰਦਾ ਹੈ, ਸੋ ਮੈਂ ਤੇਰੇ ਨਾਲ ਸਟਿਕ ਰਹੂੰਗਾ, ਠੀਕ ਆ। ਉਹ ਚੀਜ਼ ਨੂੰ ਆਪਣਾ ਕੈਰੇਕਟਰ ਬਿਲਡ ਕਰੋ, ਆਪਣਾ ਟਰੱਸਟ ਬਿਲਡ ਕਰੋ ਉਹਨਾਂ ਦੇ ਨਾਲ, ਤੇ ਉਹ ਤੁਹਾਡੇ ਨਾਲ ਆਪੇ ਡੈਫੀਨੇਟਲੀ ਕੰਮ ਕਰਨਗੇ ਜੀ। ਥੈਂਕ ਯੂ ਜਸਵੀਰ ਜੀ ਕਾਲ ਲਈ। ਆਪਣੇ ਅਗਲੇ ਕਾਲਰ ਨੇ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਟਰੇਲਾ ਤੇ ਸਾਡੀ ਪੂਰੀ 20% ਡਿਸਪੈਚ ਕੱਟ ਲੈਂਦੇ ਆ ਫਿਊਲ ਸਰਚਾਰਜ ਦੇ ਵਿੱਚ। ਹਾਂਜੀ, ਫਿਊਲ ਸਰਚਾਰਜ ਤੇ ਡਿਸਪੈਚ ਨਹੀਂ ਹੈ। ਠੀਕ ਹੈ ਭਾਜੀ, ਹੈਗਾ ਜੀ। ਜਿਹੜਾ ਫਿਊਲ ਸਰਚਾਰਜ ਹੈਗਾ ਉਹ ਟਰੱਕਰ ਦੇ ਲਈ ਹੁੰਦਾ ਆ, ਫਿਊਲ ਜਿਹਨੇ ਪਾਉਣਾ ਉਹਦੇ ਲਈ ਹੁੰਦਾ ਆ, ਸੋ ਫਿਊਲ ਸਰਚਾਰਜ ਦੇ ਉੱਤੇ ਜਿਹੜੀ ਆ ਡਿਸਪੈਚ ਨਹੀਂ ਹੋਣੀ ਚਾਹੀਦੀ। ਕਈ ਜਿਹੜੀਆਂ ਜਿੱਦਾਂ ਕਈ ਕੰਪਨੀਆਂ ਹੈਗੀਆਂ, ਮੈਂ ਕਈ ਵਾਰੀ ਦੇਖਿਆ ਫਿਊਲ ਸਰਚਾਰਜ ਛੱਡੋ, ਲੰਪਰ ਦਾ ਜਿਹੜੀ ਕਾਸਟ ਹੁੰਦੀ ਹੈ, ਜਿਹੜੇ ਲੰਪਰ ਦੇ ਪੈਸੇ ਪੇ ਕੀਤੇ ਆ, ਉਹ ਕਈ ਜਦੋਂ ਤੁਹਾਨੂੰ ਲੋਡ ਦੇ ਚੋਂ ਪੈਸੇ ਪੇ ਕਰਦੇ ਉੱਥੇ ਵੀ ਡਿਸਪੈਚ ਕੱਟ ਲੈਂਦੇ ਆ। ਲੰਪਰ ਦੀ ਫੀਸ ਆ, ਮਤਲਬ ਕਿਸੇ ਨੇ ਕਿਸੇ ਨੂੰ ਫੀਸ ਦਿੱਤੀ ਆ, ਮਤਲਬ ਉੱਥੇ ਵੀ ਫੀਸ ਕੱਟੀ ਜਾਣਗੇ। ਕਈ ਚੀਜ਼ਾਂ ਕੁਇਕ ਪੇ ਕੱਟ ਲੈਂਦੇ ਆ, ਤੁਹਾਨੂੰ ਪੇ ਕੀਤਾ ਆ 15-20 ਦਿਨਾਂ 'ਚ, ਤੇ ਫਿਰ ਕਹਿਣਗੇ ਇੱਥੇ ਕੁਇਕ ਪੇ ਕੱਟ ਲਈ ਆ,
अरे यार कुत्ते होंगी है 24 घंटे पे करना तुम अज 15 दिन बाद पे की वेखो एक पे कट ली। सो वो चीजा जिहड़ियां हैगियां वो अपने बंदे करदे आ, पर आ जिहड़ी गल हैगी है ये मैनूं पता बाई जी होनी जिहड़े मिट्टी वाले ट्रक की गल करदे ये अपने जिथे भी है ना किसी भी ओहदे कोई भी चीज आज ए कंज्यूमर आ या दूजे आ हर एक नूं आपां अपने हक की पछाण होनी चाहिए मेरे हक की हैगे आ। कोई किसी के नाल धक्का कर रहा है उन्होंने सही ना जाओ क्योंकि उन्होंने फिर शह मिल जाती है भी यार इन्हें तो कुछ नहीं किया चल मैं अगले ना करके देखूंगा जो कोई कहूगा तो उन्होंने आप कर देंगे बाकियों का काम जोड़ा वो आप इदा ही रगड़ी जावे। सो नहीं इस चीज़ के अपने जोड़े स्टैंड तू जो सख्त लैन की जरूरत होंगी है कई बार एक अद्धे बंद ने ही इदा सबक सिखाया होजन तो फिर गांह तो गांह सीधे रेंदे आ कहने तो इदा लगता यार सबक सिखाने वाला की मतलब बन गया मतलब उन्हें भी अपना हक जो लैना होंगे। सो ये चीजा जो जरूरी आ सो एक जिमी बंदेर होनी कहते हैं फेसबुक से भी जो चोरी किया हो फ्यूल तुम सस्ता कोई दे रहा तो तुम ना बाय करो ये उन्होंने का चोर का हौसला एक हिसाब टुटता है तो गांह शायद चोरी ना कर पर क्योंकि लालची हर एक जना हो जाता है वो कहता भी चल मैं सस्ता मिलता है कोई फ्यूल तो वह लै भी लेंदे ने कई जने वो करके उन्होंने होर खुल मिल जाती अच्छा जे मैं होर चोरी करूँगा मेरा होर विकी जाना मैनू तो जे डालर ही डालर जो बन दे। सो इदा इदा दी चीज़ों का भी ध्यान रखना चाहिए योजना चीज़ों का स्टैंड होंगे भी आप करिए क्योंकि एक एक दूजे के भाई की ही आप जी मदद कर रहे हैं जे चोरी किया हुआ फ्यूल नहीं खरीदते तो अभी सत श्रीकाल जी चोरी का लिया तुम भी अंदर भी अंदर है ना नहीं अभी सत श्रीकाल जी सत श्रीकाल जी पंजाबी रेडियो यूएसए टीम सारे सत श्रीकाल सुरतन भी जी भाजी दो तीन पॉइंट ही मैं कहना सी रमन भाजी बहुत वधिया गल्लां कर रहे हैगे आ ਜਿੱਦਾਂ ਹੁਣ ਅੱਜ ਕੱਲ੍ਹ ਸਪਾਟ ਮਾਰਕੀਟ ਦੇ ਰੇਟ ਥੱਲੇ ਡਾਊਨ ਘੱਟ ਦੇਣ ਤੇ ਖਰਚਾ ਜ਼ਿਆਦਾ ਹੈਗਾ ਤੇ ਮੇਰੀ ਤਾਂ ਇਹੀ ਆ ਵੀ ਇੱਕ ਤਾਂ ਜਿਹੜੀ ਲਾਗ ਬੁੱਕਸ ਹੈਗੇ ਉਹਨੂੰ ਸਹੀ ਚਲਾਓ ਆਰਾਮ ਨਾਲ ਨੱਠ ਭੱਜਦੀ ਜਿਹੜੀਆਂ ਨਾ ਉਹ ਛੱਡ ਦਿਓ ਆਰਾਮ ਨਾਲ ਜਾਓ ਆਰਾਮ ਦੇ ਨਾਲ ਆਓ। ਦੂਸਰੇ ਨੰਬਰ ਤੇ ਆ ਵੀ ਜਿਹੜਾ ਲੋਡ ਬੁੱਕ ਕਰਦੇ ਹਾਂ ਅਸੀਂ ਐਵੇਂ ਦੋ ਦੋ ਤਿੰਨ ਦਿਨ ਦਿਨ ਪਹਿਲਾਂ ਹੀ ਬੁੱਕ ਕਰ ਲੈਣਾ ਅਸੀਂ ਇੱਕ ਦਿਨ ਪਹਿਲਾਂ ਹੀ ਬੁੱਕ ਕਰ ਲਿਆ ਲੋਡ ਇਹ ਆਦਤ ਵੀ ਛੱਡੋ ਠੀਕ ਆ ਜਿਹੜੇ 12 ਜਾਂ 1 ਵਜੇ ਤੋਂ ਬਾਅਦ ਜਾਂ ਲੋਡ ਬੁੱਕ ਕਰਨਾ ਸ਼ੁਰੂ ਕਰੋ ਕਿਉਂਕਿ ਜਿਹੜਾ ਲੋਡ ਹੁੰਦੇ ਆ ਜਿਹੜੇ ਤੁਸੀਂ ਲੋਡ ਬੁੱਕ ਪਹਿਲਾਂ ਹੀ ਕਰ ਲੈਂਦੇ ਆ ਤਾਂ ਬ੍ਰੋਕਰ ਤੁਹਾਨੂੰ ਪੈਸੇ ਨਹੀਂ ਦਿੰਦਾ ਹੈਗਾ 12-1 ਵਜੇ ਤੋਂ ਬਾਅਦ ਈਸਟਰਨ ਟਾਈਮ ਜਿਹੜਾ ਹੁੰਦਾ ਉੱਧਰ ਲੇਟ ਹੋ ਜਾਂਦਾ ਤੇ ਫਿਰ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਵੀ ਸਾਡੇ ਲੋਡ ਹੁਣ ਚੁੱਕ ਨਹੀਂ ਹੋਣੇ ਹੈਗੇ ਤੇ ਉਹ ਫਿਰ ਰੇਟ ਆਪਣੇ ਆਪ ਇਹਨਾਂ ਨੂੰ ਦੇਣਾ ਪੈਂਦਾ ਜੇ ਤੁਹਾਨੂੰ ਦੂਸਰੇ ਤੀਸਰੇ ਨੰਬਰ 'ਤੇ ਇਹ ਹੈਗਾ ਆ ਜੇ ਤਾਂ ਤੁਹਾਨੂੰ ਪੈਸੇ ਮਿਲਦੇ ਆ ਲੋਡ ਚੁੱਕੋ ਚੰਗੇ ਤੁਹਾਨੂੰ ਲੱਗਦਾ ਤੁਹਾਡੀ ਬੱਚਤ ਹੋ ਰਹੀ ਆ ਅਤੇ ਜੇ ਨਹੀਂ ਬੱਚਤ ਹੁੰਦੀ ਤਾਂ ਨਾ ਲੋਡ ਚੁੱਕੋ ਕਿਉਂਕਿ ਸਾਡੀ ਆਦਤ ਪਈ ਆ ਵੀ ਬੱਚਤ ਨਾ ਵੀ ਹੋਵੇ ਤਾਂ ਵੀ ਚੁੱਕ ਲੈਣਾ ਜੇ ਨਹੀਂ ਚੁੱਕੋਗੇ ਤਾਂ ਆਪਣੇ ਆਪ ਹੀ ਓਬਵੀਅਸਲੀ ਤੁਹਾਨੂੰ ਉਹਨਾਂ ਨੂੰ ਰੇਟ ਜ਼ਿਆਦਾ ਦੇਣਾ ਹੀ ਪੈਣਾ ਕਿਉਂਕਿ ਜੇ ਅਸੀਂ ਸਾਰੇ ਨੂੰ ਇੱਕ ਹੀ ਆਪਣਾ ਆਦਤ ਬਣਾਉਣੀ ਪੈਣੀ ਹੈ ਜੇ ਇੱਦਾਂ ਅਸੀਂ ਆਦਤ ਬਣਾਵਾਂਗੇ ਤਾਂ ਸਾਡਾ ਫਾਇਦਾ ਹੋਊਗਾ ਇਹ ਸਾਨੂੰ ਥੋੜ੍ਹਾ ਬਹੁਤਾ ਇਹਨਾਂ ਚੀਜ਼ਾਂ 'ਤੇ ਰਲ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਬਾਕੀ ਸਟ੍ਰਾਈਕ ਦਾ ਤਾਂ ਨਹੀਂ ਪਤਾ ਹੈਗਾ ਵੀ ਟਰੱਕ ਰੋਕਣੇ ਕਿਸੇ ਨੇ ਨਹੀਂ ਰੋਕਣੇ ਪਰ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਟਿਪਸ ਹੈਗੇ ਇੱਦਾਂ ਦੇ ਵਰਤ ਕੇ ਅਤੇ ਲੋਡ ਜਿਹੜਾ ਉਹ ਸੇਮ ਡੇ ਬੁੱਕ ਕਰੋ ਪਰ 12-2 ਵਜੇ ਤੋਂ ਬਾਅਦ ਕਰੋ ਤਾਂ ਕਿ ਈਸਟਰਨ ਟਾਈਮ ਦੇ ਵਿੱਚ ਲੇਟ ਹੋ ਜਾਂਦਾ ਅੱਜ ਦਿਨ ਫਰਾਈਡੇ ਆ ਅਗਰ ਲੋਡ ਹੁਣ ਅਸੀਂ ਨਾ ਬੁੱਕ ਕਰਾਂਗੇ ਨਾ 1 ਵਜੇ ਤੋਂ ਬਾਅਦ ਕਰਾਂਗੇ ਤਾਂ ਤੁਹਾਨੂੰ ਆਪਣੇ ਆਪ ਹੀ ਰੇਟ ਜਿਹੜਾ ਜ਼ਿਆਦਾ ਦੱਸਣਾ ਆਪਣੇ ਹਾਂਜੀ ਮਿਹਰਬਾਨੀ ਸੋਰੀ ਕਰ ਛੱਡਿਆ ਸੋਰੀ ਜੀ ਮਿਹਰਬਾਨੀ ਓਕੇ ਜੀ ਇੱਕ ਵਾਰੀ ਤਾਂ ਮੈਨੂੰ ਸੋਰੀ ਤੁਹਾਡੀ ਗੱਲ ਮੈਂ ਕਿਹਾ ਮੈਨੂੰ ਭੁਲੇਖਾ ਪੈ ਗਿਆ ਸ਼ਾਇਦ ਆਪਾਂ ਅੱਜ ਸ਼ੁੱਕਰਵਾਰ ਕਰਤਾ ਪ੍ਰੋਗਰਾਮ ਨਹੀਂ ਅੱਜ ਵੀਰਵਾਰ ਹੀ ਆ ਜੀ ਵੀਰਵਾਰ ਨੂੰ ਕਰਦੇ ਆ ਜੀ ਜੀ ਰਮਨ ਜੀ ਆਪਾਂ ਨੂੰ ਜਿਹੜਾ ਆ ਫੇਸਬੁੱਕ ਤੇ ਯਾਦ ਕਰਾਇਆ ਮੱਖਣ ਜੀਤ ਹੋਣਾ ਨੇ ਵੀ ਕਹਿੰਦੇ ਵੀ ਧੰਨਵਾਦ ਅੱਜ ਲੱਗਦਾ ਵੀਰਵਾਰ ਨੂੰ ਏਦਾਂ ਲੱਗਦਾ ਸਵੇਰੇ ਸਕੂਲ ਦੀ ਕਲਾਸ ਲੱਗੀ ਹੁੰਦੀ ਆ ਨਾ ਜੀ ਲੱਗਦਾ ਪਰ ਜਿਹੜੀ ਭਾਜੀ ਹੁਣੀ ਗੱਲ ਕਰਕੇ ਗਿਆ ਬਿਲਕੁਲ ਸਹੀ ਹੈਗੀ ਆ ਅਸੀਂ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਕਿ ਅਸੀਂ ਕੀ ਕਰਦੇ ਹੁੰਦੇ ਜਦੋਂ ਅਸੀਂ ਲੋਡ ਚੱਕ ਕੇ ਇੱਧਰੋਂ ਜੋਰਜੀਆ ਜਾਂ ਕਿਤੇ ਉੱਧਰ ਚਲੇ ਜਾਂਦੇ ਸੀਗੇ ਤੇ ਜਦੋਂ ਸਾਨੂੰ ਦੇਖਣਾ ਕਿ ਅਸੀਂ ਵਾਪਸੀ ਲੋਡ ਆਪਣਾ ਚੈੱਕ ਕਰ ਰਹੇ ਹਾਂ ਸਾਨੂੰ ਨਹੀਂ ਲੋਡ ਦਿਖ ਰਿਹਾ ਵਧੀਆ ਹੈ ਨਾ ਅਸੀਂ ਇਹ ਕੰਮ ਕਰਨਾ ਕਿ ਅਸੀਂ ਉੱਥੇ ਲੋਕਲ ਲਾੜੇ ਸ਼ੁਰੂ ਕਰ ਲੈਣੇ ਉੱਥੇ ਹੀ ਜੋਰਜੀਆ ਤੋਂ ਇੱਧਰ ਚਲੇ ਗਏ ਉੱਧਰ ਚਲੇ ਗਏ ਯੂਨੋ ਲਾਗੇ ਲਾਗੇ ਉੱਧਰ ਦੀਆਂ ਉੱਧਰ ਲੋਕਲ ਲੋਡ ਬੜੇ ਵਧੀਆ ਹੁੰਦੇ ਆ ਤੁਹਾਨੂੰ $600-800 ਦਿਹਾੜੀ ਜਿਹੜੀ ਆ ਲੋਕਲ ਲੋਡ ਦੇ ਵਿੱਚ ਤੁਹਾਨੂੰ ਵਧੀਆ ਮਿਲ ਜਾਂਦੀ ਆ ਤੇ ਬੰਦਾ ਉੱਥੇ ਕਹਿੰਦਾ ਕੋਈ ਗੱਲ ਨੀ ਜੇ ਅੱਜ ਨਹੀਂ ਲੋਡ ਮਿਲਿਆ ਦੋ ਦੋ
ਉਹ ਇੱਥੇ ਲੋਕਲ ਲਾ ਲੈਂਦੇ ਹਾਂ ਜਾਂ ਉਸ ਏਰੀਏ 'ਚ ਚਲੇ ਜਾਓ ਜਿਸ ਏਰੀਏ ਦੇ ਵਿੱਚ ਟਰੱਕਾਂ ਦੀ ਸ਼ੋਰਟੇਜ ਦਿਖੇ ਤੁਹਾਨੂੰ ਜਾਂ ਤੁਹਾਨੂੰ ਰੇਟ ਵਧੀਆ ਦਿਖ ਰਿਹਾ ਜਿੱਦਾਂ ਨੋਗੈਲਸ ਦੇ ਵਿੱਚ ਹੁੰਦੇ ਆ ਸੀਜ਼ਨ ਟਾਈਮ ਦੇ ਉੱਤੇ ਜਿਹੜਾ ਟਰੱਕ ਮੂਵ ਕਰਦੇ ਹੋ ਨੋਗੈਲਸ ਨੂੰ ਮੂਵ ਕਰਦੇ ਸੋ ਲੋਡ ਚੱਕ ਕੇ ਨੋਗੈਲਸ ਚਲੇ ਜਾਓ ਸੋ ਇੱਕ ਜਿਹੜੀ ਇਸ ਵੇਲੇ ਸਾਰਿਆਂ ਨੂੰ ਬੇਨਤੀ ਇਹ ਆ ਕਿ ਸਟਰੇਟ ਵਨ ਪਿਕ ਵਨ ਡਰਾਪ ਲੋਡ ਦੇ ਵੱਲ ਧਿਆਨ ਘੱਟ ਦਿਆ ਕਰੋ ਆਪਣੀ ਜੇ ਤੁਸੀਂ ਸਹੂਲਤ ਭਾਲਦੇ ਆ ਤੇ ਜਦੋਂ ਸਹੂਲਤ ਹੁੰਦੀ ਉਹਦੀ ਕੋਸਟ ਹੁੰਦੀ ਆ ਜਦੋਂ ਤੁਹਾਡੀ ਕੋਈ ਤੁਸੀਂ ਆਪਣਾ ਸੌਖਾ ਕੰਮ ਭਾਲਦੇ ਆ ਸੌਖਾ ਆਲਵੇਸ ਚੀਪ ਹੁੰਦਾ ਆ ਸੋ ਇੱਕ ਤਾਂ ਇਸ ਪ੍ਰਵਿਰਤੀ ਚੋਂ ਨਿਕਲੋ ਕਿ ਮੈਂ ਵਨ ਪਿਕ ਵਨ ਡਰੋਪ ਲੈ ਕੇ ਜਾਣਾ ਆ ਵਨ ਪਿਕ ਵਨ ਡਰੋਪ ਸਾਰਿਆਂ ਨਾਲੋਂ ਸਸਤਾ ਲੋਡ ਹੁੰਦਾ ਉਸ ਤੋਂ ਬਾਅਦ ਜਦੋਂ ਤੁਸੀਂ ਸਟਰੇਟ ਜਾਂਦੇ ਆ ਜਿਹੜੀਆਂ ਸਟੇਟਾਂ ਹੈਗੀਆਂ ਇਸ ਵੇਲੇ ਜਿੱਦਾਂ ਡੈਲਸ ਆ ਜੋਰਜੀਆ ਆ ਕਈ ਐਸੀ ਸਟੇਟਸ ਹੈਗੀਆਂ ਕਈ ਐਸੇ ਸ਼ਹਿਰ ਹੈਗੇ ਆ ਜਿਹਨਾਂ ਨੂੰ ਲੋਡ ਜਿਹੜੇ ਆ ਉਹ ਐਬਸੋਲੂਟ ਚੀਪ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹਰ ਇੱਕ ਬੰਦਾ ਇਸ ਚੀਪ ਲੇਨ ਦੇ ਉੱਤੇ ਚੱਲਦਾ ਆ ਉਹ ਇਸ ਲੇਨ ਦੇ ਉੱਤੇ ਪਸੰਦ ਕਰਦਾ ਕਿਉਂਕਿ ਮੈਨੂੰ ਚੰਗਾ ਲੱਗਦਾ ਕਿਉਂਕਿ ਰਾਜ ਢਾਬਾ ਮੇਰੀ ਪਸੰਦ ਦਾ ਆ ਟਰੱਕ ਸਟਾਪ ਮੇਰੀ ਪਸੰਦ ਦਾ ਆ ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਚੀਜ਼ਾਂ ਤੁਹਾਨੂੰ ਸੋਚ ਕੇ ਚੱਲਣਾ ਪੈਣਾ ਕਿ ਇਸ ਵੇਲੇ ਤੁਹਾਨੂੰ ਲੋੜ ਹੈਗੀ ਆ ਕ੍ਰੀਏਟਿਵਿਟੀ ਦੀ ਜੇ ਤੁਹਾਨੂੰ ਟ੍ਰਾਇੰਗਲ ਬਣਾ ਕੇ ਤੁਸੀਂ ਆਉਂਦੇ ਆ ਤੁਸੀਂ ਨਹੀਂ ਕਿਸੇ ਜਿੱਥੇ ਦੇਖੋ ਜਦੋਂ ਬ੍ਰੋਕਰ ਨੂੰ ਪਤਾ ਅਹਿਸਾਸ ਹੋ ਗਿਆ ਨਾ ਵੀ ਤੁਸੀਂ ਕਿੱਥੇ ਜਾਣਾ ਚਾਹੁੰਦੇ ਆ ਠੀਕ ਹੈ ਨਾ ਉਦੋਂ ਬ੍ਰੋਕਰ ਤੁਹਾਨੂੰ ਰੇਟ ਨਹੀਂ ਦਊਗਾ ਜਿਹੜੇ ਸਿੰਪਲ ਜੀ ਗੱਲ ਹੈਗੀ ਆ ਜਦੋਂ ਬ੍ਰੋਕਰ ਨੂੰ ਇਹ ਨਹੀਂ ਪਤਾ ਵੀ ਤੁਸੀਂ ਜਿੱਦਣ ਨੂੰ ਮਰਜ਼ੀ ਚੱਕ ਲੈਣਾ ਜਿੱਦਣ ਤੁਹਾਨੂੰ ਰੇਟ ਵਧੀਆ ਮਿਲਿਆ ਤੁਸੀਂ ਚੁੱਕ ਲੈਣਾ ਜਦੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕੋ ਚੀਜ਼ ਸੁੱਟਣ ਵਾਲੀ ਹੈ ਜਦੋਂ ਆਪਾਂ ਸੜਕ 'ਤੇ ਹੀ ਚੱਲਣਾ ਅਤੇ ਸੜਕ 'ਤੇ ਸਾਰੀਆਂ ਇੱਕੋ ਜਿਹੀਆਂ ਜਿੱਦਣ ਨੂੰ ਮਰਜ਼ੀ ਚਲੇ ਜਾਓ ਕਿਹੜਾ ਫਰਕ ਪੈਂਦਾ ਹੈ ਠੀਕ ਹੈ ਨਾ ਸੋ ਇਹ ਕੋਸ਼ਿਸ਼ ਕਰਿਆ ਕਰੋ ਇੱਕ ਕਿ ਵਨ ਪਿਕ ਵਨ ਡਰੋਪ ਜਿਹੜੇ ਲੋਡ ਆ ਉਹਦੇ ਵੱਲ ਧਿਆਨ ਘੱਟ ਦਿਓ ਮਲਟੀਪਲ ਪਿਕ ਮਲਟੀਪਲ ਡਰੋਪ ਜਿਹੜੇ ਆ ਉਹ ਲੋਡ ਜਿਹੜੇ ਆ ਉਹ ਧਿਆਨ ਦੇ ਨਾਲ ਉਹਨਾਂ ਦੇ ਵੱਲ ਧਿਆਨ ਦਿਓ ਮੇਰਾ ਇੱਕ ਐਕਸਪੀਰੀਅੰਸ ਹੈਗਾ ਆ ਰਾਜਕਿਰਨ ਮੈਂ ਇੱਕ ਇੱਥੋਂ ਲੋਡ ਲੈ ਕੇ ਗਿਆ ਸੀਗਾ ਫਲੋਰਿਡਾ ਨੂੰ ਤੇ ਉਦੋਂ ਫਲੋਰਿਡਾ ਦੇ ਲੋਡ ਕੋਈ 8000 ਸਾਢੇ 8500 ਦੇ ਚੱਲਦੇ ਹੁੰਦੇ ਸੀ 10-12 ਸਾਲ ਤੇ ਮੈਂ ਇੱਥੋਂ ਲੋਡ ਲੈ ਕੇ ਗਿਆ ਸੀਗਾ 12,500 ਡਾਲਰ ਦਾ ਪਿਛਲੇ ਬੰਨੇ ਜਾ ਕੇ ਉਹਨਾਂ ਦੇ 15-20 ਡੱਬੇ ਖਿੱਚ ਕੇ ਪਿੱਛੇ ਕਰ ਦੇਣੇ ਉਹਨਾਂ ਨੇ ਆਪਣੇ ਚੱਕ ਲੈਣੇ ਆਪਾਂ ਤੁਰ ਜਾਣਾ ਮਤਲਬ ਮੈਨੂੰ 2 ਦਿਨ ਐਕਸਟਰਾ ਲੱਗੇ ਉਹਦੇ ਵਿੱਚ ਲੋਡ ਦੇ ਵਿੱਚ ਪਰ 2 ਦਿਨ ਐਕਸਟਰਾ ਦੇ ਨਾਲ ਤੁਸੀਂ ਆਪਣਾ ਕੈਲਕੂਲੇਟ ਕਰੋ ਪਰ ਮਾਈਲ ਤੁਸੀਂ ਕੀ ਬਣਾਇਆ ਥੋੜੀ ਜੀ ਕ੍ਰੀਏਟਿਵਿਟੀ ਦਿਖਾਉਣੀ ਪੈਣੀ ਆ ਵਨ ਪਿਕ ਵਨ ਡਰੋਪ ਕੋਈ ਡਰੋਪ ਨਾ ਹੋਵੇ ਜੀ ਮੇਰਾ ਸਿੱਧਾ ਹੀ ਹੋਵੇ ਸਿੱਧਾ ਹੀ ਵਾਪਸ ਜਾਵਾਂ ਸਿੱਧਾ ਹੀ ਵਾਪਸ ਆਵਾਂ ਸਾਰਿਆਂ ਨੂੰ ਚੀਪੈਸਟ ਲੋਡ ਹੁੰਦੇ ਆ ਇਸੇ ਕਰਕੇ ਆਪਣੀ ਜਿਹੜੀ ਪ੍ਰੋਬਲਮ ਉਹ ਵੀ ਇੱਕ ਬਹੁਤ ਵੱਡੀ ਹੈਗੀ ਆ